ਸੋ ਦੋਸਤੋ ਇਸ ਕਿਸਾਨ ਸੰਘਰਸ਼ ਦੇ ਦੌਰਾਨ ਇੱਕ ਨੌਜਵਾਨ ਨਹੀਂ ਬੱਚਾ ਮਿਲਿਆ, ਉਹਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਐਜੀਟੇਸ਼ਨ 'ਚ ਕਹਿੰਦੇ ਦੱਸਿਆ ਮੁੰਡੇ ਨੇ, ਕਹਿੰਦਾ ਮੈਂ ਟਿਕਰੀ ਬਾਰਡਰ ਦੇ ਉੱਤੇ ਵੀ ਬੋਲ ਕੇ ਆਇਆ। ਸੋ ਕੀ ਨਾਮ ਬਈ ਤੇਰਾ? ਮੇਰਾ ਨਾਮ ਜਸਪ੍ਰੀਤ ਸਿੰਘ ਹੈ ਤੇ ਮੈਂ ਡਿਸਟ੍ਰਿਕਟ ਫਾਜ਼ਿਲਕਾ ਪੰਜਾਬ ਦਾ ਰਹਿਣ ਵਾਲਾ ਹਾਂ। ਅੱਛਾ, ਬੱਚੇ ਆਏ ਨੇ ਬਹੁਤ ਸਾਰੇ, ਉਹ ਦੱਸ ਵੀ ਰਹੇ ਮੰਮੀ ਡੈਡੀ ਨਾਲ ਆਇਆ ਜਾਂ ਆਏ, ਤੂੰ ਕਿਵੇਂ ਆਇਆ ਉਰੇ? ਮੈਂ ਵੀ ਪਾਪਾ ਨਾਲ ਆਇਆ। ਪਾਪਾ ਨਾਲ ਹੀ ਆਇਆ, ਕੋਈ ਹੋਰ ਮਨੋਰਥ ਲਈ ਵੀ ਆਇਆ? ਨਹੀਂ, ਮੈਂ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਇਹਨੂੰ ਵਾਪਸ ਕਰਵਾਉਣ ਆਇਆ। ਤੂੰ ਕੀ ਜਾਣਦਾ ਕਾਲੇ ਕਾਨੂੰਨਾਂ ਬਾਰੇ? ਇਹ ਕਾਲੇ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ, ਇਹਨਾਂ ਨਾਲ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਵੇਗਾ ਤੇ ਮਹਿੰਗਾਈ ਵੀ ਬਹੁਤ ਵਧੇਗੀ। ਅੱਛਾ, ਕਿ ਕਦੋਂ ਦਾ ਆਇਆ ਹੋਇਆ, ਕੀ ਲੱਗ ਰਿਹਾ ਤੈਨੂੰ ਇਹਦਾ, ਵੀ ਕਿਵੇਂ ਦਾ ਲੱਗਿਆ ਜਿਹੜਾ ਸਾਰਾ ਦੇਖਿਆ? ਮੈਂ ਸਿੰਘੂ ਬਾਰਡਰ ਤੇ ਅੱਜ ਹੀ ਆਇਆ ਤੇ ਪਹਿਲਾਂ ਟਿਕਰੀ ਬਾਰਡਰ ਤੇ ਵੀ ਹੈਗਾ ਸੀਗਾ। ਟਿਕਰੀ ਤੇ ਕਦੋਂ ਸੀਗਾ? ਟਿਕਰੀ ਤੇ ਕੱਲ ਤੋਂ ਵਾਵਾ 6-7 ਦਿਨ ਤੱਕ। ਹਾਂਜੀ, ਕਿਵੇਂ ਦਾ ਅਨੁਭਵ? ਜਿਵੇਂ ਕਈ ਮੇਲੇ ਦੇਖੇ ਹੋਣਗੇ, ਕਈ ਥਾਵਾਂ ਤੇ ਗਿਆ, ਕਈ ਸੰਘਰਸ਼ ਵੀ ਦੇਖੇ ਹੋਣਗੇ, ਇਹ ਕਿਵੇਂ ਲੱਗਿਆ ਤੈਨੂੰ? ਇਹ ਮੈਨੂੰ ਬਹੁਤ ਵਧੀਆ ਲੱਗਿਆ ਕਿ ਪੰਜਾਬ, ਹਰਿਆਣਾ ਤੇ ਬਾਕੀ ਸਟੇਟ ਦਾ ਭਾਈਚਾਰਾ ਵੀ ਇਹਦੇ ਨਾਲ ਵੱਧਦਾ ਹੈ ਤੇ ਬਾਕੀ ਬਹੁਤ ਵਧੀਆ। ਕਿਉਂ ਬੋਲਦੇ ਜਿਵੇਂ ਲੈਸਨ ਪੜ੍ਹਨਾ ਹੋਵੇ? ਨਹੀਂ, ਮੈਂ ਨਹੀਂ ਬੋਲ ਰਿਹਾ ਸੀ ਤੇ ਇੱਥੇ ਇਹਨਾਂ ਨਾਲ ਭਾਈਚਾਰਾ ਵੀ ਵੱਧਦਾ ਹੈ ਪੰਜਾਬ ਤੇ ਹਰਿਆਣਾ ਨਾਲ। ਉਹ ਸਰਕਾਰਾਂ ਤਾਂ ਆਪਾਂ ਨੂੰ ਇਸ ਵਾਇਲ ਦੇ ਮੁੱਦੇ ਤੇ ਭੜਕਾਉਣਾ ਚਾਹੁੰਦੀਆਂ ਨੇ। ਅੱਛਾ, ਉਰੇ ਤੂੰ ਕਿਤਾਬਾਂ ਲੈਣ ਆਇਆ ਸੀ, ਕੁਝ ਖਰੀਦਿਆ ਉਰੇ? ਹਾਂਜੀ, ਸ਼ਹੀਦ ਭਗਤ ਸਿੰਘ ਦੀ ਬੁੱਕ ਲਈ ਹੈਗੀ ਹੈ। ਭਗਤ ਸਿੰਘ ਬਾਰੇ ਪਹਿਲਾਂ ਪੜ੍ਹਿਆ? ਹਾਂਜੀ ਪੜ੍ਹਿਆ। ਕੀ ਪੜ੍ਹਿਆ? ਭਗਤ ਸਿੰਘ ਇੱਕ ਸ਼ਹੀਦ ਸੀਗੇ, ਉਹਨਾਂ ਨੇ ਜੋ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਬਹੁਤ ਸੰਘਰਸ਼ ਲੜਿਆ। ਆ ਜਿਹੜਾ ਅੰਦੋਲਨ ਹੈ ਨਾ, ਇਹਦੀ ਇੱਕ ਚੀਜ਼ ਮਿਲਦੀ ਵੀ ਹੈ ਭਗਤ ਸਿੰਘ ਨੂੰ, ਕੀ ਮਿਲਦੀ ਹੈ? ਇਹ ਜੋ ਪਗੜੀ ਸੰਭਾਲ ਉਹ ਜੱਟਾ, ਉਦੋਂ ਵੀ ਤੇ ਤਿੰਨ ਕਾਲੇ ਕਾਨੂੰਨ ਅੰਗਰੇਜ਼ ਸਰਕਾਰ ਨੇ ਲਾਗੂ ਕੀਤੇ ਸੀਗੇ, ਉਹਨਾਂ ਨਾਲ ਵੀ ਕਿਸਾਨਾਂ ਨੂੰ ਬਹੁਤ ਹੋਇਆ ਸੀਗਾ। ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਨੇ, ਅਜੀਤ ਸਿੰਘ ਤੇ ਉਹਨਾਂ ਦੇ ਪਿਤਾ ਜੀ ਸ਼੍ਰੀ ਕ੍ਰਿਸ਼ਨ ਸਿੰਘ ਨੇ ਉਸ ਅੰਦੋਲਨ ਦੀ ਕਮਾਨ ਸੰਭਾਲੀ ਸੀ। ਇੱਕ ਹੋਰ ਚੀਜ਼ ਵੀ ਮਿਲਦੀ ਹੈ, ਭਗਤ ਸਿੰਘ ਨੇ ਕਿਹਾ ਸੀਗਾ ਕਿ ਜਦੋਂ ਤੱਕ ਇਨਸਾਨ ਦੀ ਲੁੱਟ ਇਨਸਾਨ ਦੇ ਕੋਲੋਂ ਬੰਦ ਨਹੀਂ ਹੁੰਦੀ, ਇਹ ਸੰਘਰਸ਼ ਹੁਣ ਤੱਕ ਜਾਰੀ ਹੈ। ਇਹ ਸੰਘਰਸ਼ ਵੀ ਇਹੀ ਗੱਲ ਕਹਿੰਦਾ ਨਾ? ਸਹੀ ਗੱਲ ਹੈ। ਅੱਛਾ, ਤੁਸੀਂ ਬਾਈ ਜੀ ਕਿੱਥੋਂ? ਬਾਈ ਜੀ ਰਾਏਪੁਰੇ ਤੋਂ ਆਇਆ ਮੈਂ, ਜਿਹੜਾ ਪਟਿਆਲਾ। ਪਟਿਆਲੇ ਕਦੋਂ ਤੋਂ ਆਇਆ ਵੀਰੇ? ਬਾਈ ਮੈਂ ਜਿਸ ਦਿਨ ਤੋਂ ਇਹ ਸੰਘਰਸ਼ ਚਾਲੂ ਹੋਇਆ 26 ਤਰੀਕ ਤੋਂ, ਮਹੀਨਾ ਹੋ ਗਿਆ। ਤੂੰ ਦੱਸ ਵੀਰੇ ਕਿ ਤੇਰਾ ਅਨੁਭਵ ਕਿਵੇਂ ਰਿਹਾ ਇਹਨਾਂ ਦਿਨਾਂ ਦਾ, ਤੇਰਾ ਅਨੁਭਵ ਕੀ ਹੈ, ਤਜਰਬਾ ਕੀ ਰਿਹਾ ਤੇਰਾ? ਤਜਰਬਾ ਕੀ ਰਿਹਾ ਕਿ ਇੱਥੇ ਸਾਨੂੰ ਪਤਾ ਲੱਗ ਗਿਆ ਕਿ ਜਿਹੜੀ ਸਰਕਾਰ ਸਰਕਾਰ ਨੂੰ ਇਹ ਸੀ ਕਿ ਲੋਕ ਇੱਥੇ ਰਹਿ ਕੇ ਕੁਝ 2 ਦਿਨ ਤੱਕ ਦੌੜ ਜਾਣਗੇ, 5 ਦਿਨ ਤੱਕ ਦੌੜ ਜਾਣਗੇ, 10 ਦਿਨ। ਸਰਕਾਰ ਨੇ ਬਹੁਤ ਟਿੱਕੇ ਇੱਥੇ ਲਾਏ ਆ, ਬਹੁਤ ਹੀ ਕੁਛ ਕਰਕੇ ਦੇਖ ਲਿਆ ਸਰਕਾਰ ਨੇ, ਸਾਰੇ ਹੱਥ ਕੰਬੇ ਜਮਾ ਲਏ ਸਰਕਾਰ ਨੇ, ਪਰ ਇਹ ਅੰਦੋਲਨ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਸਰਕਾਰ ਪੱਪਾ ਭਾ ਹੋ ਚੁੱਕੀ ਹੈ, ਸਰਕਾਰ ਦੀ ਇੱਥੇ ਕੋਈ ਪੇਸ਼ ਨਹੀਂ ਚੱਲ ਰਹੀ। ਜੇ ਮੋਦੀ ਨੇ ਹੋਰ ਲਟਕਾ ਲਿਆ ਫਿਰ ਉਰੇ ਰਹਿਣਾ ਕਿ ਚਲੇ ਜਾਏ ਜੀ? ਜੇ ਸਾਲ ਰਹਿਣਾ ਪੈ ਜਾ ਅਸੀਂ ਤਾਂ ਘਰ ਬਾਰ ਛੱਡ ਕੇ ਆਏ ਹਾਂ, ਜਾਂ ਸਾਲ ਕਿਆ 2 ਸਾਲ ਰਹਿਣਾ ਪੈ ਜਾ ਅਸੀਂ ਤਾਂ ਇੱਥੇ ਰਹਾਂਗੇ। ਉਰੇ ਆ ਕੇ ਨਵਾਂ ਕੀ ਸਿੱਖਿਆ? ਬਹੁਤ ਸਾਰੇ ਜਿਵੇਂ ਇਹ ਅੰਦੋਲਨ ਹੈ ਜਿਹੜਾ, ਤੂੰ ਦੇਖ ਕਿਤਾਬਾਂ ਦਾ ਵੀ ਲੰਗਰ ਲੱਗਿਆ ਹੋਇਆ, ਦੂਜਾ ਲੰਗਰ ਵੀ ਲੱਗਿਆ, ਪੰਜਾਬ ਹਰਿਆਣੇ ਵਾਲੇ ਵੀ ਇਕੱਠੇ ਦਿਖ ਰਹੇ ਨੇ, ਮਤਲਬ ਕਾਫੀ ਕੁਝ ਬੰਦਾ ਨਵਾਂ ਸਿੱਖਦਾ ਨਾ, ਤੂੰ ਨਵਾਂ ਕੀ ਸਿੱਖਿਆ ਵੀਰੇ? ਬਾਈ ਜੀ ਅਸੀਂ ਤਾਂ ਸਭ ਕੁਝ ਨਵਾਂ ਸਿੱਖ ਲਿਆ, ਸਾਨੂੰ ਆਪਣੀ ਜ਼ਿੰਦਗੀ ਦੀ ਤਜਰਬਾ ਆ ਗਈ। ਜੇ ਅੱਗੇ ਕੋਈ ਅੰਦੋਲਨ ਕਰਨਾ ਪੈ ਜੇ, ਇਹ ਸਭ ਕੁਝ ਅਸੀਂ ਸਿੱਖ ਗਿਆ ਕਿੱਦਾਂ ਸ਼ਾਂਤਮਈ ਅੰਦੋਲਨ ਚੱਲ ਰਿਹਾ, ਇਹ ਰੱਬ ਦੀ ਦੇਣ ਹੈ ਸਭ ਕੁਝ, ਇਸਦੇ ਗੁਰੂ ਨਾਨਕ ਦੇਵ ਜੀ ਦੀ ਦੇਣ ਹੈ ਕਿ ਇੰਨਾ ਸ਼ਾਂਤੀ ਅੰਦੋਲਨ ਤੇ ਇੰਨਾ ਲੰਬਾ ਅੰਦੋਲਨ, ਇੰਨਾ ਲੰਬਾ ਕੱਟ ਹੋਵੇ, ਕੋਈ ਅੰਦੋਲਨ ਇੰਨਾ ਸ਼ਾਂਤੀਪੂਰਨ ਨਹੀਂ ਅੱਜ ਤੱਕ ਚੱਲਿਆ ਜਿੰਨਾ ਇਹ ਅੰਦੋਲਨ ਚੱਲ ਰਿਹਾ। ਸਰਕਾਰ ਨੇ ਬਹੁਤ ਕੁਛ ਕਰਕੇ ਦੇਖ ਲਿਆ, ਇੱਥੇ ਬਹੁਤ ਕੁਛ ਵੇਟ ਕਰ ਰਹੀ ਸੀ। ਅੱਛਾ, ਆ ਜਿਵੇਂ ਵੀਰਾ ਕਹਿ ਰਿਹਾ ਨਾ ਕਿ ਬਹੁਤ ਸ਼ਾਂਤੀਪੂਰਵਕ ਚੱਲਿਆ, ਇੰਗਲੈਂਡ ਦਾ ਇੱਕ ਬਹੁਤ ਵੱਡਾ ਮੀਡੀਆ ਦਾ ਉਹਨਾਂ ਨੂੰ ਹੈਗਾ ਡੈਮੋਕ੍ਰੇਸੀ ਨਾਓ, ਉਹਨੇ 10-12 ਦਿਨ ਪਹਿਲੇ ਇੱਕ ਸਟੋਰੀ ਕੀਤੀ ਸੀ ਕਿ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਹੈ ਜਿਹੜਾ ਸ਼ਾਂਤਮਈ ਰਿਹਾ। ਹਾਂਜੀ, ਇਹ ਤੁਹਾਡੀ। ਅੱਛਾ, ਤੁਸੀਂ ਅੰਕਲ ਕੀ ਨਾਮ? ਤੁਸੀਂ ਗੱਲ ਕਰੋਗੇ? ਕਰੋਗੇ ਗੱਲ ਆਹੀ ਅੰਦੋਲਨ ਬਾਰੇ? ਠੀਕ ਬੇਬੇ ਨਾਲ ਕਰ ਲੈਂਦਾ। ਹਾਂਜੀ ਬੇਬੇ ਜੀ, ਕਿੱਥੋਂ ਆਏ? ਅਸੀਂ ਰਾਜਪੁਰੇ ਤੋਂ ਆਏ ਹਾਂ ਤੇ ਬੜੀ ਆਸਾ ਉਮੀਦਾਂ ਲੈ ਕੇ ਆਏ ਸੀ ਕਿ ਆਪਣੇ ਜਿੱਥੇ ਵੀ ਕਿਸਾਨ ਵੀਰ ਬੈਠੇ ਹੈ ਉਹਨਾਂ ਸਾਰਿਆਂ ਲਈ ਅਸੀਂ ਇਹ ਦੁਆ ਕਰਨ ਆਏ ਹਾਂ ਵੀ ਇੱਥੇ ਫਤਿਹ ਦਾ ਮੋਰਚਾ ਲਾਇਆ ਇਹਨਾਂ ਨੇ ਤੇ ਫਤਿਹ ਪਾ ਕੇ ਹੀ ਇੱਥੋਂ ਜਾਣ, ਕਿਉਂ ਮੋਦੀ ਜੀ ਵੀ ਪਰਮੇਸ਼ਵਰ ਵੱਲੋਂ ਪ੍ਰਮਾਤਮਾ ਵੱਲੋਂ ਹੀ ਨਿਯੁਕਤ ਕੀਤੇ ਗਏ ਹੈ ਤੇ ਅਸੀਂ ਉਹਨਾਂ ਨੂੰ ਆਪਣੀ ਜ਼ਬਾਨ ਤੋਂ ਚੰਗਾ ਬੰਦਾ ਕਹਿਣ ਨਾਲੋਂ ਪਰਮਾਤਮਾ ਅੱਗੇ ਦੁਆ ਕਰੋ ਵੀ ਇਹ ਪਿਤਾ ਪਰਮੇਸ਼ਵਰ ਤੂੰ ਇਹਨੂੰ ਨਿਯੁਕਤ ਕੀਤਾ, ਤੂੰ ਇਹਨੂੰ ਬੁੱਧੀ ਦੇ ਸਮਝ ਦੇ ਤਾਂ ਕਿ ਸਾਰਾ ਦੇਸ਼ ਉਹਦੇ ਹੱਥ 'ਚ ਹੈ, ਜਿਸ ਤਰ੍ਹਾਂ ਪਰਮਾਤਮਾ ਦੇ ਹੱਥ 'ਚ ਸਾਡੀ ਸਾਰੀ ਸ੍ਰਿਸ਼ਟੀ ਹੈ ਉਸੇ ਤਰ੍ਹਾਂ ਪੂਰਾ ਹਿੰਦੁਸਤਾਨ ਪੂਰੀ ਕੰਟਰੀ ਉਹਦੇ ਹੱਥ 'ਚ ਹੈ, ਵੀ ਇਸੇ ਬੁੱਧੀ ਸਮਝ ਦੇਵੇ ਤਾਂ ਕਿ ਇਹ ਜੋ ਮਤਾ ਲੈ ਕੇ ਬੱਚੇ ਇੱਥੇ ਬੈਠੇ ਆ, ਵੀਰ ਵੱਡੇ ਬਜ਼ੁਰਗ ਸਾਰੇ ਇੱਥੇ ਬੈਠੇ ਆ, ਉਹ ਸਾਰੇ ਇਸ ਮਤੇ 'ਚ ਇੱਕ ਦਿਨ ਤਾਂ ਦੇਖੋ ਉਹਨੂੰ ਸਾਹਮਣੇ ਆਉਣਾ ਪੈਣਾ, ਕਹਿੰਦੇ ਜਦੋਂ ਇੱਕ ਅਖਾੜੇ ਦੇ ਵਿੱਚ ਦੋ ਮੱਲ ਉਤਰੇ ਆ ਇੱਕ ਤੋਂ ਝੁਕੇਗਾ, ਤੇ ਇਸ ਲਈ ਮੋਦੀ ਜੀ
ਆ ਤੇ ਲੁੱਕ ਕੇ ਮਸਲੇ ਹੱਲ ਨਹੀਂ ਹੁੰਦੇ। ਇਸ ਲਈ ਮੇਰੀ ਬੇਨਤੀ ਹੈ ਮੋਦੀ ਜੀ ਨੂੰ ਵੀ ਸਮਾਜ ਦੇ ਸਾਹਮਣੇ ਆਵੇ ਤੇ ਜੋ ਮਤਾ ਆਪਣੇ ਕਿਸਾਨ ਵੀ ਰੱਖ ਰਹੇ ਆ ਉਹਨਾਂ ਮਤੇ ਨੂੰ ਪਾਸ ਕਰੇ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਾਂਗੇ, ਉਹ ਮਾਲਕ ਦਾ ਵੀ ਜਿਹਨੇ ਉਹਨੂੰ ਸੀਟ ਦਿੱਤੀ ਹੈ। ਮਿਹਰਬਾਨੀ ਮਤਾ ਜੀ। ਅੰਦੋਲਨ ਦੀ ਜੜ ਜਿਹੜਾ ਮੋਦੀ ਹੈ, ਤੋਮਰ ਹੈ, ਅਮਿਤ ਸ਼ਾਹ, ਆਪਾਂ ਡਾੜੀ ਵਾੜੀਆਂ ਵੈਸੇ ਕਹਿ ਤਾਂ ਰਹੇ ਹਾਂ, ਉਹ ਸਾਡੇ ਡਾਇਰੈਕਟ ਸਾਡੇ ਨਾਲ ਨਿਸ਼ਾਨਾ ਨੀ ਹੈ, ਉਹ ਠੀਕ ਨੀ, ਨਿਸ਼ਾਨਾ ਸਾਡੇ ਉਹਨਾਂ ਨਾਲ ਹੈ ਜਿਹੜੇ ਕਾਨੂੰਨ ਬਣਾ ਰਹੇ, ਹੁਣ ਬਿੱਲ ਬਣਾ ਰਹੇ ਫਿਰ ਕਾਨੂੰਨ ਬਣਾ ਰਹੇ। ਤੇ ਜਿਹੜੇ ਕੱਲ ਕਹਿੰਦੇ ਦੋ ਪਾਸ ਹੋ ਗਏ, ਉਹ ਤਾਂ ਬਣੇ ਹੀ ਨੀ ਬਿੱਲ, ਬਣੇ ਕੋਈ ਨੀ, ਠੀਕ ਹੈ ਨਾ। ਇਹ ਸਾਡੇ ਕਰਕੇ ਇਹਨਾਂ ਨੇ ਜਿਹੜਾ ਅੱਜ ਟਰੈਕਟਰ ਰੈਲੀ ਰੋਕੀ, ਲੜਾਈ ਬਾਕੀ ਹੈ, ਹਾਂ ਜੇ ਟਰੈਲੀ ਰੋਕੀ, ਅੱਜ ਟਰੈਕਟਰ ਆਪਣੀ ਰੈਲੀ ਰੋਕੀ ਹੈ, ਇਹ ਸਾਡੇ ਜਿਹੜੇ ਆਗੂ ਹੈ ਉਹਨਾਂ ਦੀ ਵੀ ਗਲਤੀ ਹੈ। ਅੱਜ ਪ੍ਰੋਟੈਸਟ ਕਰਦੇ ਮੋਦੀ ਨੂੰ ਪਤਾ ਲੱਗਦਾ ਵੀ ਅੱਗੇ ਤੁਰਨ ਵਾਲੇ ਹੈ। ਦੋ ਜਥੇਬੰਦੀਆਂ ਕਰ ਵੀ ਰਹੀਆਂ ਮੇਰੇ ਖਿਆਲ, ਦੋ ਤਰੀਕੇ ਨੂੰ ਕਰ ਰਹੀਆਂ, ਉਹ ਉਗਰਾਹ ਵਾਲੇ ਕਰ ਰਹੇ ਹਨ। ਬਾਕੀ ਜਿਹੜਾ ਇਹ ਅੰਦੋਲਨ ਹੈ ਇਹ ਜੇ ਕਹੇ ਵੀ ਇਹਨਾਂ ਨਾਲ ਖਤਮ ਹੋ ਜਾਏ, ਖਤਮ ਨਹੀਂ ਹੁੰਦਾ ਛੇਤੀ, ਠੀਕ ਹੈ ਨੀ। ਬਾਕੀ ਜਿਹੜਾ ਹੋਰ ਪੋਲੀਟੀਕਲ ਜੋ ਆਪਣੀ ਚਾਲਬਾਜ਼ੀਆਂ ਕਰਦੇ ਤੇ ਪਹਿਲਾਂ ਉਹ ਚੱਲਣੀਆਂ ਬੰਦ ਹੋ ਜਾਣਗੀਆਂ, ਇੱਥੇ ਰਹਿ ਕੇ ਸਿੱਖ ਗਏ ਬਿਨਾਂ ਪ੍ਰਸ਼ਾਸਨ ਦਾ ਪੰਜਾਬ ਚੱਲ ਸਕਦਾ, ਬਿਨਾਂ ਪ੍ਰਸ਼ਾਸਨ ਚੱਲੇਗਾ ਪੰਜਾਬ, ਠੀਕ ਹੈ ਨੀ। ਪਰ ਇੱਥੇ ਹੈ ਕੋਈ ਪੁਲਿਸ ਵਾਲਾ, ਕੋਈ ਹੋਰ ਹੈ? ਇੱਕ ਗੱਲ ਦੱਸੋ, ਅੰਕਲ ਨਾਲ ਤਾਂ ਆਪਾਂ ਗੱਲ ਕਰ ਲਈ, ਤੁਹਾਡੇ ਨਾਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਤਸਵੀਰ ਤਾਂ ਬਦਲੀ ਆਪਣੇ ਅੰਦੋਲਨ ਨਾਲ, ਕੋਈ ਸ਼ੱਕ ਨਹੀਂ ਨਾ, ਵੀ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੇ ਦੂਜੀਆਂ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਆਂ ਦੇ ਲੀਡਰ ਕਿੰਨੇ ਕੁ ਜੋਗੇ ਨੇ। ਤੇ ਤੁਹਾਨੂੰ ਲੱਗਦਾ ਵੀ ਅੰਦੋਲਨ ਤੋਂ ਬਾਅਦ ਆਪਾਂ ਇਹ ਇੱਕ ਨਵਾਂ ਸਮਾਜ ਪੰਜਾਬ ਦੇ ਵਿੱਚ ਬਦਲਿਆ ਹੋਇਆ ਦੇਖੂਗਾ? ਬਿਲਕੁਲ ਜੀ, ਆਹੀ ਰਹਿਣਾ ਹੈ ਵੀ ਇਹ ਕਾਨੂੰਨ ਰੱਦ ਹੋ ਜਾਂਦੇ ਆ ਤੇ ਪੰਜਾਬ ਤੇ ਸਾਰਾ ਕੀ ਹਿੰਦੁਸਤਾਨ ਹੀ ਖੁਸ਼ਹਾਲ ਹੋ ਜਾਊਗਾ ਇਹ ਕਾਨੂੰਨ ਰੱਦ ਹੋਣੇ। ਬਹੁਤ ਕਾਨੂੰਨ ਰੱਦ ਹੋ ਗਏ, ਮੈਂ ਤਾਂ ਕਹਿੰਦਾ, ਮੈਂ ਕਹਿੰਦਾ ਇਸ ਤੋਂ ਬਾਅਦ ਵਾਲਾ ਜਿਹੜਾ ਸਮਾਜ ਹੈ ਕੀ ਇਹ ਜਦੋਂ ਕਾਨੂੰਨ ਅੱਜ ਅਸਲ ਅੰਦੋਲਨ ਤੋਂ ਬਾਅਦ ਜਦੋਂ ਕੰਮ ਹੋਏਗਾ ਤੇ ਰਾਜਨੀਤਿਕ ਪਾਰਟੀਆਂ ਦੇ ਵਿੱਚੋਂ ਇੱਕ ਨਵੀਂ ਪਾਰਟੀ ਉੱਭਰ ਕੇ ਸਾਹਮਣੇ ਆਊਗੀ, ਉਹ ਕਿਸਾਨ ਪਾਰਟੀ ਹੋਊਗੀ। ਕਿਉਂਕਿ ਜੇਕਰ ਪੰਜਾਬ ਦੇ ਲੈਵਲ ਤੇ ਗੱਲ ਕਰੀਏ ਕਾਂਗਰਸ ਅਤੇ ਅਕਾਲੀ ਦੋਹਾਂ ਪਾਰਟੀਆਂ ਦੇ ਉੱਪਰ ਲੋਕਾਂ ਦਾ ਮੋਹ ਚੱਕਿਆ ਗਿਆ, ਜੇ ਇਹ ਚੰਗੇ ਹੁੰਦੇ ਤਾਂ ਸਾਨੂੰ ਅੱਜ ਸੜਕ ਤੇ ਬੈਠਣਾ ਨਾ ਪੈਂਦਾ। ਹਾਂਜੀ, ਇਹਨਾਂ ਨਾਲ ਸਾਡੀ ਜਿਹੜੀ ਆਜ਼ਾਦੀ ਦਾ ਗੱਲ ਘੁੱਟ ਛੱਡਿਆ, ਰਹਿੰਦਾ ਖੁੰਦਾ ਇਹਨਾਂ ਨੇ ਮੋਦੀ ਅੱਜ ਘੁੱਟ ਛੱਡਿਆ। ਇਸ ਕਰਕੇ ਜਦੋਂ ਵੀ ਨਵੀਂ ਇਲੈਕਸ਼ਨ ਹੋਣੀ ਆ, ਇੱਕ ਇਹ ਨਵੀਂ ਪਾਰਟੀ ਕਿਸਾਨ ਯੂਨੀਅਨ ਸੰਯੁਕਤ ਮੋਰਚੇ ਦੇ ਤੌਰ ਤੇ ਇਕੱਠੀ ਹੋ ਕੇ ਇਹ ਚੱਲਣੀ ਹੈ ਤੇ ਇੱਕ ਨਵਾਂ ਹੀ ਮੋਰ ਆਉਣਾ, ਹੋ ਸਕਦਾ ਸਾਰੇ ਇੰਡੀਆ ਲੈਵਲ ਤੇ ਵੀ ਆ ਸਕੇ। ਲੋਕ ਇੱਕ ਨਵੀਂ ਉਮੀਦ ਰੱਖ ਰਹੇ ਨੇ ਕਿਸਾਨ ਜਥੇਬੰਦੀਆਂ ਤੋਂ, ਸੋ ਦੇਖਦੇ ਹਾਂ ਕਿ ਉਹਨਾਂ ਦੀ ਪੋਲਿਟਿਕਸ ਕੀ ਹੋਊਗੀ। ਪਰ ਇੱਕ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਉੱਤੇ ਬੋਝ ਬਹੁਤ ਪੈ ਗਿਆ ਹੈ, ਉਮੀਦਾਂ ਬਹੁਤ ਨੇ, ਹੁਣ ਅਸੀਂ ਦੇਖਦੇ ਹਾਂ ਕਿ ਉਹ ਇਹਨਾਂ ਉਮੀਦਾਂ ਦੇ ਖਰੇ ਕਿਵੇਂ ਉੱਤਰਦੇ ਨੇ। ਸ਼ੁਕਰੀਆ, ਮਿਹਰਬਾਨੀ ਬਾਈ ਜੀ। ਅਸੀਂ ਦੋਸਤੋ ਸਟਾਲ ਤੇ ਪਹੁੰਚ ਚੁੱਕੇ ਹਾਂ। ਅੱਛਾ, ਮੈਨੂੰ ਦੱਸੋ ਸਟਾਲ ਹੈ ਜਾਂ ਲਾਇਬ੍ਰੇਰੀ ਹੈ? ਇਹ ਵੀਰੇ ਲਾਇਬ੍ਰੇਰੀ ਆ, ਫ੍ਰੀ ਬੁੱਕਸ ਜਾ ਰਹੀਆਂ ਨੇ। ਅੱਛਾ, ਇਹ ਫਿਰ ਉੱਥੇ ਆ ਕੇ ਲਾਇਬ੍ਰੇਰੀ ਬਣਾਉਣ ਦਾ ਜਿਹੜਾ ਕਿਵੇਂ ਦਿਮਾਗ 'ਚ ਆਉਣਿਆ? ਵੀਰੇ ਇੱਦਾਂ ਸਾਡੇ ਪਿੰਡ ਦਾ ਸਾਡਾ ਵੀਰਾ ਉਹ ਫੋਰਨ ਹੈ ਤਾਂ ਉੱਥੋਂ ਉਹ ਸੇਵਾ ਕਰ ਰਿਹਾ ਇਹ, ਤਾਂ ਉਰੇ ਆ ਵੀ ਜੋ ਅਸੀਂ ਆਏ ਹਾਂ ਉਰੇ ਸਾਰੇ ਲੋਕ ਆਏ ਨੇ ਹਨਾ, ਉਹਨਾਂ ਨੂੰ ਕੁਛ ਦਿੱਤਾ ਜਾਵੇ, ਗਿਆਨ ਵੰਡਿਆ ਜਾਵੇ, ਉਹ ਕਿਤਾਬਾਂ ਪੜ੍ਹਨਗੇ ਤਾਂ ਕੁਛ ਚੰਗਾ ਹੀ ਸਿੱਖਣ। ਤੇ ਵੀਰੇ ਦੇ ਨੇ ਤੁਹਾਡੇ ਦਿਮਾਗ ਦੇ ਵਿੱਚ ਕਿਤਾਬਾਂ ਦਾ ਲੰਗਰ ਲਾਉਣ ਦੇ ਕਿਵੇਂ ਆਇਆ? ਕੋਈ ਫਰੂਟ ਦਾ ਲਾ ਰਿਹਾ, ਕੋਈ ਲੰਗਰ ਲਾ ਰਿਹਾ? ਲਈ ਖਾਣਾ ਜ਼ਰੂਰੀ ਆ, ਉਨਾ ਹੀ ਸਾਨੂੰ ਗਿਆਨ ਜ਼ਰੂਰੀ ਆ, ਤਾਂ ਜੇ ਲੋਕਾਂ ਨੂੰ ਖਾਣ ਦੇ ਨਾਲ ਨਾਲ ਗਿਆਨ ਦਿੱਤਾ ਜਾਵੇ ਤਾਂ ਅਸੀਂ ਜ਼ਿਆਦਾ। ਤੁਹਾਨੂੰ ਆਪ ਪੜ੍ਹਨ ਦਾ ਸ਼ੌਕ ਹੈਗਾ ਵੀ? ਨਹੀਂ, ਆਪ ਪੜ੍ਹੀ ਦਾ ਕਿਸੇ ਦੀ ਜੀਵਨੀ ਤੇ ਪੜ੍ਹਨ ਦਾ ਜ਼ਿਆਦਾ ਕੀ ਵਧੀਆ ਲੱਗਦਾ ਖੁਦ ਪੜ੍ਹਨ? ਨਹੀਂ, ਖੁਦ ਸਾਨੂੰ ਇਹੀ ਆ ਵੀ ਆਪਣੀ ਹਿਸਟਰੀ ਪੜ੍ਹਿਆ ਜਾਵੇ, ਕਿੱਥੋਂ ਅਸੀਂ ਸਟੈਂਡ ਕੀਤੇ। ਸਭ ਤੋਂ ਵੱਧ ਕੀ ਵਿਕ ਰਿਹਾ ਇੱਥੋਂ? ਸਭ ਤੋਂ ਵੱਧ ਵੀਰੇ ਜੋ ਨੌਜਵਾਨਾਂ ਦੀ ਮੰਗ ਆ, ਸ਼ਹੀਦ ਭਗਤ ਸਿੰਘ ਦੀਆਂ, ਜਾਂ ਜੋ ਸਾਡੇ ਬਜ਼ੁਰਗਾਂ ਦੀ ਆ, ਸਾਡੇ ਕੋਲ ਖੇਤੀਬਾੜੀ ਸੰਬੰਧੀ ਸੀਗਾ, ਨਵੇਂ ਤਕਨੀਕ ਨਾਲ ਕਿੱਦਾਂ ਕੀਤੀ ਜਾਵੇ, ਉਹ ਚੀਜ਼ਾਂ ਜ਼ਿਆਦਾ। ਕਿਤਾਬ ਜਿਹੜੀ ਸਭ ਤੋਂ ਵੱਧ ਉਰੇ ਵਿਕਦੀ ਹੋਵੇ ਵੀਰੇ? ਸਭ ਤੋਂ ਵੱਧ ਸ਼ਹੀਦ ਭਗਤ ਸਿੰਘ ਦੀ ਜੀਵਨੀ ਤੇ ਉਹਦਾ ਸੰਘਰਸ਼। ਡਾਇਰੀ ਮੈਂ ਦੇਖ ਰਿਹਾ ਸ਼ਹੀਦ ਆਜ਼ਮ ਦੀ, ਇਹ ਜਿਹੜੀ ਜੇਲ੍ਹ ਡਾਇਰੀ ਹੈ ਨਾ, ਇਹ ਜੇਲ੍ਹ ਡਾਇਰੀ ਪੜ੍ਹ ਕੇ ਤੁਹਾਨੂੰ ਦੋਸਤੋ ਇਹ ਪਤਾ ਲੱਗੇਗਾ ਕਿ ਸ਼ਹੀਦ ਆਜ਼ਮ ਹਾਲਾਂਕਿ ਨਹੀਂ ਬਾਰੀ ਸਿੰਘ ਉਸਮਾਨ ਦੀ ਹੈ, ਤਾਂ ਜੇਲ੍ਹ ਡਾਇਰੀ ਭਗਤ ਸਿੰਘ ਦੀ ਨਹੀਂ। ਅੱਛਾ, ਇਹ ਹੈਗਾ ਸ਼ਹੀਦਾਂ ਦੇ ਅੰਗ ਸੰਗ। ਮੈਂ ਵੈਸੇ ਜੇਲ੍ਹ ਡਾਇਰੀ ਬਾਰੇ ਦੱਸ ਦਿੰਦਾ ਕਿ ਜੇਲ੍ਹ ਡਾਇਰੀ ਬਾਰੇ ਤੁਹਾਨੂੰ ਪਤਾ ਲੱਗੇਗਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਆਖਰੀ ਸਮੇਂ 'ਚ ਲਿਖੀਆਂ ਹੋਈਆਂ ਲਿਖਤਾਂ ਵੀ ਉਹ ਕੀ ਸੀਗੇ, ਉਹਨਾਂ ਦੀ ਵਿਚਾਰਧਾਰਾ ਕੀ ਸੀਗੀ। ਅੱਛਾ, ਇਹ ਹੈਗੀ ਹੈ ਸ਼ਹੀਦਾਂ ਦੇ ਅੰਗ ਸੰਗ। ਸ਼ਿਵ ਵਰਮਾ ਭਗਤ ਸਿੰਘ ਦੇ ਮਿੱਤਰ ਸੀਗੇ, ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੇ
ਤਜਰਬੇ ਜਿਹੜੇ ਸਾਂਝੇ ਕੀਤੇ ਹੋਏ ਨੇ ਇਸ ਕਿਤਾਬ ਦੇ ਵਿੱਚ। ਸੋ ਇੱਥੇ ਵੀ ਅਗਾਂਹ ਵਧੂ ਲਿਟਰੇਚਰ ਭਗਤ ਸਿੰਘ ਵਿਕ ਰਿਹਾ, ਜਿੱਥੇ ਜਿੱਥੇ ਜਨ ਅੰਦੋਲਨ ਹੋਣਗੇ ਉੱਥੇ ਭਗਤ ਸਿੰਘ ਦਾ ਨਾਂ ਗੱਜੇਗਾ ਹੀ ਗੱਜੇਗਾ। ਮਿਹਰਬਾਨੀ, ਸ਼ੁਕਰੀਆ।